ਇਹ ਜ਼ਿਆਦਾ ਨਹੀਂ ਚੱਲ ਪਰਾ ਨਹੀਂ 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 ਯਾਰ ਇਹਨਾਂ ਦੀ ਲੜਾਈ ਛੁਡਾਉਣੀ ਬੜੀ ਔਖੀ ਹੋ ਗਈ ਗਾਈ। ਉਰਾ ਲਿਆ ਕੈਮਰਾ, ਇਹ ਦੇਖ ਖੂਨਮ ਖੂਨ ਹੋ ਗਏ ਨੇ, ਇਹ ਲੜਾਈ ਬੜੀ ਕਰਦੇ ਪਏ ਨੇ ਅੱਜ ਯਾਰ। ਲੈ ਓਏ ਇਹਨਾਂ ਨੂੰ ਲਾਉਂਦੇ ਹਾਂ ਹਲਦੀ ਅਤੇ ਤੇਲ, ਕਿਉਂਕਿ ਇਹਦੇ ਨਾ ਕਾਫੀ ਜ਼ਖਮ ਹੋ ਗਏ ਨੇ। ਆ ਵੇਖੋ ਲਿਆ, ਥੋੜ੍ਹਾ ਥੋੜ੍ਹਾ ਲਾ ਦੇ ਸਾਈਡ ਸਾਈਡ 'ਚ, ਇੱਕ ਅੱਖ 'ਤੇ ਨਾ ਲਾਈ, ਜ਼ਿਆਦਾ ਨਾ ਪਲੀਜ਼। ਪਤਾ ਨਹੀਂ ਮਿੱਟੀ ਬੈਠ ਗਈ ਮਿੱਟੀ। ਬਸ 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 ਉਰਾਂ ਕਰ, ਉਰਾਂ ਲੈ ਆ ਥੋੜ੍ਹਾ ਪਿੱਛੋਂ। ਸੋ ਗਾਈਜ਼ ਅੱਜ ਬੜੇ ਟਾਈਮ ਬਾਅਦ ਫਾਰਮ 'ਤੇ ਆਏ ਹਾਂ। ਆਉਣ ਤੋਂ ਪਹਿਲਾਂ ਇਹਨਾਂ ਨੇ ਕਰ ਲਈ ਹੈ ਲੜਾਈ, ਸਾਰਾ ਮੂੰਹ ਆਪਣਾ ਖਰਾਬ ਕਰ ਲਿਆ, ਇਹਨੂੰ ਆ ਰਿਹਾ ਗੁੱਸਾ। ਹੁਣ ਇਹਨੂੰ ਛੱਡਾਂਗੇ ਇੱਧਰ, ਸ਼ਾਇਦ ਇਹ ਫਿਰ ਨਾ ਚਲੀ ਜਾਏ ਉੱਧਰ ਲੜਾਈ ਕਰਨ। ਚੱਲ ਉੱਧਰ ਜਾ ਤੂੰ, ਲੜਾਈ ਨਹੀਂ ਕਰਨੀ ਹੁਣ, ਇਹਨੂੰ ਫੜ। ਨਹੀਂ ਇਹ ਫਿਰ ਲੜਾਈ ਕਰਨ ਆ ਰਹੀ ਹੈ, ਇਹਨੂੰ ਬੰਦ ਕਰਨਾ ਪੈਣਾ। ਇਹਨੂੰ ਫੜ ਪ੍ਰਿੰਸ, ਫੜ ਲੇਗਾ ਇਹ, ਫਿਰ ਉੱਥੇ ਨਾ ਚਲੀ ਜਾਏ ਲੜਾਈ ਕਰਨ। ਉਹਨੂੰ ਫੜਨਾ ਹੁਣ ਵੱਡੇ ਵਾਲੇ ਨੂੰ, ਆਹ ਦੁਬਾਰਾ ਲੜਾਈ ਕਰਨ ਜਾ ਰਹੇ ਨੇ। ਗੁੱਸਾ ਹੋਇਆ ਮੈਂ ਇਹਨਾਂ ਨੂੰ, ਸੋ ਗਾਈਸ ਜਦੋਂ ਮੈਂ ਪਕੜ ਰਿਹਾ ਹਾਂ ਉਦੋਂ ਮੈਨੂੰ ਆਪਣਾ ਵੀ ਖਤਰਾ ਸੀ, ਕਿਉਂਕਿ ਇਹ ਬਾਈਟ ਬਹੁਤ ਜ਼ਿਆਦਾ ਗੰਦੀ ਕਰਨ ਲੱਗ ਗਏ ਨੇ, ਅਗਰੈਸਿਵ ਸੀ, ਕਿ ਦੋਵਾਂ ਦੀ ਫਾਈਟ ਦੇ ਵਿੱਚ ਕਿਤੇ ਮੈਂ ਵਿੱਚ ਆ ਜਾ। ਸੋ ਮੈਂ ਵੀ ਬਹੁਤ ਧਿਆਨ ਨਾਲ ਇਹਨਾਂ ਨੂੰ ਫੜਦਾ ਪਿਆ ਸਾਂ। ਆ ਜਾ ਭੱਜ ਕੇ। ਸੋ ਗਾਈਸ ਇਹਨਾਂ ਦੀ ਫਾਈਟ ਐਵੇਂ ਹੋ ਗਈ ਸੀ, ਖੁਨਮ ਖੁਨ ਜਾਨੀ ਦੁਸ਼ਮਣ ਹੋ ਗਏ ਹਨ। ਸੋ ਸਾਡੀ ਪਲੈਨਿੰਗ ਸੀ ਇੱਕ ਜਣੇ ਨੂੰ ਫੜ ਕੇ ਆਪਾਂ ਕੇਜ 'ਚ ਬੰਦ ਕਰਨੇ ਆ, ਐਂਡ ਮੇਲ ਟਰਕੀ ਦਾ ਫਿਰ ਆਪਾਂ ਟ੍ਰੀਟਮੈਂਟ ਕਰਨੇ, ਕਿਉਂਕਿ ਉਹ ਕਾਫੀ ਜ਼ਖਮੀ ਹੋਇਆ ਸੀ। ਇਹਨੂੰ ਨਾ ਬੰਦ ਕਰਨੇ ਅੰਦਰ, ਲਾਤੀਆ ਸੁਕਾਈ ਸੀ ਇਹਨੂੰ ਕਰਨ ਲੱਗਿਆ ਕੇਜ ਚ ਬੰਦ। ਫੀਡ ਪਾ ਦੀ ਇਹਨੂੰ ਅੰਦਰ, ਕਰਦੇ ਬੰਦ।
ਏਸੀ ਮੇਲ ਟਰਕੀ ਤੇ ਇਹਨੂੰ ਵੀ ਫੜ ਕੇ ਆਪਾਂ ਥੋੜੀ ਜਿਹੀ ਦਵਾਈ ਲਾਣੀ ਹੈ ਤੇ ਇਹਨੂੰ ਆਪਾਂ ਕੇਜ ਦੇ ਅੰਦਰ ਬੰਦ ਕਰਕੇ ਫੜਾਂਗੇ। ਇਹਦੇ ਵੀ ਕਾਫੀ ਜ਼ਿਆਦਾ ਚੋਟਾਂ ਲੱਗੀਆਂ ਨੇ, ਆਪਾਂ ਲਗਾ ਰਹੇ ਹਾਂ ਸਰੋਂ ਦਾ ਤੇਲ ਤੇ ਹਲਦੀ ਕਿ ਥੋੜੇ ਬੈਕਟੀਰੀਆ ਵਗੈਰਾ ਨਾ ਲੱਗੇ। ਜਿੱਥੇ ਜਿੱਥੇ ਕੱਟ ਲੱਗੇ ਨੇ ਹੋਰ ਕਿੱਥੇ ਲੱਗੇ, ਪੰਖ ਵੀ ਲੱਗੇ, ਇਹ ਤੇ ਨਹੀਂ ਲਾਉਣੀ। ਜ਼ਿਆਦਾ ਨਹੀਂ ਵਜੀ, ਇਹ ਥੋੜੇ ਨਾ ਹੈਵੀ ਵੀ ਹੋ ਗਏ ਨੇ ਖਾ ਖਾ ਕੇ ਤੇ ਇਹਨਾਂ ਨੂੰ ਆਪਾਂ ਨਾ ਹੁਣ ਅਲੱਗ ਅਲੱਗ ਛੱਡਾਂ ਕਰਾਂਗੇ। ਆ ਜਾ ਖੋਲ ਮਾਤੀ ਪੰਮ ਦੀ ਉਹ ਪਰਲੀ ਵਾਲੇ ਨੂੰ ਉਹ ਫਿਰ ਉੱਥੇ